ਗੁਰਦੁਆਰਾ ਨਾਨਕੀਆਣਾ ਸਾਹਿਬ ਇੱਕੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਪੰਜਾਬ ਦੇ ਪ੍ਰਧਾਨ ਬੀਬੀ ਗੋਬਿੰਦ ਕੌਰ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਉਹਨਾਂ ਦੇ ਨਾਲ ਗੱਲ ਕਰ ਲੈਨੇ ਆ। ਪਹਿਲਾਂ ਤੁਹਾਡਾ ਲਿਵਿੰਗ ਇੰਡੀਆ ਦਾ ਸਵਾਗਤ। ਧੰਨਵਾਦ ਜੀ ਮਿਹਰਬਾਨ। ਬੀਬੀ ਜੇਕਰ ਗੱਲ ਕੀਤੀ ਜਾਵੇ ਜਿੱਥੇ ਪਹਿਲਾਂ ਆਂਗਣ ਵਾੜੀ ਵਰਕਰਾਂ ਦੇ ਜਦੋਂ ਜਹਿਦ ਕਰਦੇ ਹੁਣ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਲਈ ਲੜਾਈ ਲੜਦੇ ਆਏ ਹਾਂ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਇਸਤਰੀ ਪੰਜਾਬ ਦੀ ਕਮਾਂਡ ਸੰਭਾਲੀ ਹੈ। ਇਸ ਤਰ੍ਹਾਂ ਹਾਂਜੀ ਦੇਖੋ ਮੈਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਪਹਿਲਾਂ ਮੈਂ ਪੰਜਾਬ ਦੀਆਂ ਹਜ਼ਾਰਾਂ ਔਰਤਾਂ ਦੀ ਗੱਲ ਕਰਦੀ ਸੀ ਹਿੰਦੁਸਤਾਨ ਦੀਆਂ ਜਿਹੜੀਆਂ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਆਂਗਣਵੜੀ ਦੀ ਮੈਂ ਲੱਖਾਂ ਔਰਤਾਂ ਦੀ ਗੱਲ ਕਰਦੀ ਸੀ ਤੇ ਹੁਣ ਮੇਰੇ ਕੋਲੇ ਇੱਕ ਮੈਨੂੰ ਪਲੇਟਫਾਰਮ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਜਿਹਦੇ ਚ ਮੈਂ ਕਰੋੜਾਂ ਔਰਤਾਂ ਦੀ ਗੱਲ ਕਰੂੰਗੀ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਮੈਂ ਆਪਣੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਮੈਨੂੰ ਉਹਨਾਂ ਨੇ ਔਰਤਾਂ ਦੀ ਆਵਾਜ਼ ਚੁੱਕਣ ਦਾ ਇੱਕ ਮੌਕਾ ਦਿੱਤਾ। ਜੇਕਰ ਗੱਲ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਹਜ਼ਾਰਾਂ ਔਰਤਾਂ ਦੀ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਹੱਕਾਂ ਲਈ ਲੜੇ ਡਾਂਗਾਂ ਵੀ ਖਾਧੀਆਂ ਪਾਣੀ ਦੀਆਂ ਪਰਛਾਰਾਂ ਵੀ ਚੱਲੀਆਂ ਗਈਆਂ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਪਹੁੰਚੋ ਕਰੋੜਾਂ ਔਰਤਾਂ ਦੀ ਮਦਦ ਕਰੋਗੇ। ਕਿਸ ਤਰ੍ਹਾਂ ਨਹੀਂ ਮਨ ਦੇ ਵਿੱਚ ਕਿਸ ਤਰ੍ਹਾਂ ਵਿਚਾਰ ਆਇਆ ਵੀ ਕਿਉਂ ਰਾਜਨੀਤੀ ਵੱਲ ਚੱਲਿਆ ਜਾਏ ਹਾਂਜੀ ਦੇਖੋ ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਐਡ ਕਰਨਾ ਚਾਹੂੰਗੀ ਕਿ ਮੈਂ ਡਾਂਗਾ ਨਹੀਂ ਮੈਂ ਜੇਲਾ ਵੀ ਕੱਟੀਆਂ ਮੈਂ ਕਾਫੀ ਲੰਬਾ ਸਮਾਂ ਜੇਲ੍ਹਾਂ 'ਚ ਵੀ ਰਹੀ ਹਾਂ ਤੇ ਮੇਰੇ ਮਨ ਦੇ ਵਿੱਚ ਜਿਹੜਾ ਹੈ ਸ਼ੁਰੂ ਤੋਂ ਹੀ ਇੱਕ ਹੈਗਾ ਸਪਿਰਟ ਹੈਗਾ ਕਿ ਮੈਨੂੰ ਸਮਾਜ ਲਈ ਕੁਝ ਕਰਨਾ ਚਾਹੀਦਾ ਤੇ ਉਹਦੇ 'ਚ ਇਹ ਗੱਲ ਨਿਕਲੀ ਕਿ ਪਹਿਲਾਂ ਮੈਂ ਆਪਣੀ ਜਥੇਬੰਦੀ 'ਚ ਕੰਮ ਕੀਤਾ ਤੇ ਹੁਣ ਜਿਹੜਾ ਮੈਂ ਆਪਣੀ ਜਿਹੜੀ ਪਾਰਟੀ ਲੈਵਲ ਤੇ ਆਪਣੀਆਂ ਔਰਤਾਂ ਦੇ ਲਈ ਕੰਮ ਕਰੂੰਗੀ ਤਾਂ ਇਹ ਇਸ ਵੇਲੇ ਮੈਂ ਇਹ ਪਾਰਟੀ ਚ ਆਉਣਾ ਕਿਉਂ ਚੁਣਿਆ ਤੁਹਾਡਾ ਇਹ ਸਵਾਲ ਸੀਗਾ ਕਿ ਇਸ ਵੇਲੇ ਮੈਨੂੰ ਇਹ ਲੱਗਿਆ ਕਿ ਦੇਖੋ ਮੈਂ ਹਰ ਪਲੇਟਫਾਰਮ ਤੇ ਦੱਸਿਆ ਕਿ ਮੈਨੂੰ 15 ਸਾਲ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਡਾ ਹਲਕਾ ਇੱਕ ਹੈ ਸਾਡਾ ਏਰੀਆ ਇੱਕ ਹੈ ਸਾਡਾ ਜ਼ਿਲ੍ਹਾ ਇੱਕ ਹੈ ਮੈਨੂੰ 15 ਸਾਲ ਪਹਿਲਾਂ ਕਿਹਾ ਸੀ ਵੀ ਬੀਬੀ ਜੀ ਤੁਸੀਂ ਆਓ ਸਾਡੀ ਪਾਰਟੀ 'ਚ ਕੰਮ ਕਰੋ ਮੈਂ ਉਹਨਾਂ ਨੂੰ ਉਸ ਵੇਲੇ ਇੱਕ ਗੱਲ ਕਹੀ ਸੀ ਕਿ ਜਦੋਂ ਸਹੀ ਸਮਾਂ ਆਊਗਾ ਮੈਂ ਤੁਹਾਨੂੰ ਖੁਦ ਅਪਰੋਚ ਕਰੂੰਗੀ ਕਿ ਮੈਂ ਪਾਰਟੀ 'ਚ ਕੰਮ ਕਰਨਾ ਚਾਹੁੰਦੀ ਆ ਉਸ ਵੇਲੇ ਜਿਹੜੀਆਂ ਮੇਰੀ ਆਂਗਣਵਾੜੀ ਵਰਕਰ ਜਥੇਬੰਦ ਨਹੀਂ ਕਹਿ ਲੋ ਵੀ ਜਥੇਬੰਦ ਤਾਂ ਸੀਗੀਆਂ ਪਰ ਇੰਨੀਆਂ ਸਟੇਬਲ ਨਹੀਂ ਸੀਗੀਆਂ ਕਿ ਉਹ ਫਾਈਟ ਦੇ ਜਾਣ ਜਾਂ ਉਹ ਲੜ ਜਾਣ ਜਾਂ ਇਦਾਂ ਦੀ ਮੈਂ ਉਹਨਾਂ ਨੂੰ ਉਹਨਾਂ ਨੂੰ ਪਾਰਟ ਟਾਈਮ ਉਹਨਾਂ ਲਈ ਕੰਮ ਨਹੀਂ ਕਰ ਸਕਦੀ ਸੀ ਮੈਂ ਫੁੱਲ ਟਾਈਮ ਉਹਨਾਂ ਲਈ ਕੰਮ ਕਰ ਸਕਦੀ ਸੀ ਪਰ ਅੱਜ ਜਿਹੜਾ ਹੈਗਾ ਅੱਜ ਮੈਨੂੰ ਇਹ ਲੱਗਿਆ ਕਿ ਮੇਰੀ ਪਾਰਟੀ ਨੂੰ ਅੱਜ ਇਸ ਵੇਲੇ ਸੰਘਰਸ਼ ਦੀ ਲੋੜ ਹੈ ਸਾਨੂੰ ਖੜੇ ਹੋਣ ਦੀ ਲੋੜ ਹੈ ਤੇ ਅੱਜ ਮੇਰੀਆਂ ਜਿਹੜੀਆਂ ਆਂਗਣਵਾੜੀ ਵਰਕਰ ਆ ਉਹ ਸਟੇਬਲ ਹੈਗੀਆਂ ਅਸੀਂ ਆਪਦੀ ਜਥੇਬੰਦੀ ਵੀ ਨਾਲ ਚਲਾ ਸਕਦੇ ਆ ਤੇ ਅੱਜ ਜਿਹੜਾ ਸਾਨੂੰ ਸ਼੍ਰੋਮਣੀ ਕਮੇਟੀ ਆਪਣੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਇਹ ਮੈਂ ਆਪਣੇ ਆਪ ਨੂੰ ਆਪ ਖੁਦ ਅਪਰੋਚ ਕੀਤੀ ਹੈ ਕਿ ਮੈਂ ਹੁਣ ਪਾਰਟੀ ਲਈ ਸੇਵਾ ਕਰਨਾ ਚਾਹੁੰਦੀ ਆ ਜੇਕਰ ਗੱਲ ਕੀਤੀ ਜਾਵੇ ਆਂਗਣਵਾੜੀ ਵਰਕਰਾਂ ਦੀ ਨੈਸ਼ਨਲ ਪ੍ਰੈਜ਼ੀਡੈਂਟ ਵੀ ਹੋ ਤੁਸੀਂ ਸਟੇਟ ਵੀ ਹੋ ਤੇ ਕੀ ਉਹ ਆਂਗਣਵਾੜੀ ਵਰਕਰ ਤੁਹਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਉਸ ਤਰ੍ਹਾਂ ਹੀ ਕੰਮ ਕਰਨਗੇ ਨਹੀਂ ਜੀ ਨਹੀਂ ਇਹ ਇਹ ਗੱਲ ਮੈਂ ਤੁਹਾਨੂੰ ਇੱਥੇ ਕਹਿਣਾ ਚਾਹਣੀ ਆ ਵੀ ਉਹ ਮੇਰੇ ਸਾਡੀ ਸਪੋਰਟ ਹੈ ਠੀਕ ਹੈ ਸਾਡਾ ਸਪੋਰਟਿਵ ਹੈਗੇ ਆ ਪਰ ਅਸੀਂ ਕਿਸੇ ਨੂੰ ਇਹ ਫੋਰਸ ਨਹੀਂ ਕਰ ਸਕਦੇ ਕਿ ਸਾਡੀ ਜਥੇਬੰਦੀ ਦੇ ਵਿੱਚ ਕੋਈ ਆਂਗਣਵਾੜੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੋ ਸਕਦੇ ਆ ਦੂਜੀਆਂ ਪਾਰਟੀਆਂ ਦੇ ਮੈਂਬਰ ਵੀ ਹੋ ਸਕਦੇ ਆ ਉਹ ਸਾਡਾ ਅਸੀਂ ਇਸਤਰੀ ਵਿੰਗ ਅਲੱਗ ਤੋਂ ਬਣਾਵਾਂਗੇ ਇਹ ਨਹੀਂ ਹੈਗਾ ਕਿ ਆਂਗਣਵਾੜੀ ਵਰਕਰ ਨਹੀਂ ਸਾਡੀਆਂ ਔਰਤਾਂ ਮੇਰੀਆਂ ਪੈਣਾ ਬੈਠੀਆਂ ਪਰ ਉਹ ਹਜ਼ਾਰਾਂ ਔਰਤਾਂ ਐ ਅਸੀਂ ਕਰੋੜਾਂ ਔਰਤਾਂ ਜਿਹੜੀਆਂ ਪੰਜਾਬ ਦੇ ਵਿੱਚ ਆਂਗਣਵਾੜੀ ਵਰਕਰ ਜਿਹੜੀਆਂ ਇੱਕ ਪਿੰਡ 'ਚ 2-4 ਹੋ ਸਕਦੀਆਂ ਪਰ ਇੱਕ ਪਿੰਡ 'ਚ ਔਰਤਾਂ 5-700 ਹੈਗੀਆਂ ਸੋ ਸਾਡੇ ਇਸਤਰੀ ਵਿੰਗ ਅਲੱਗ ਤੋਂ ਚੱਲਣਗੇ ਤੁਸੀਂ ਇਹ ਗੱਲ ਕੀਤੀ ਹੈ ਕਿ ਪਾਰਟੀ ਨੂੰ ਮਜ਼ਬੂਤ ਕਿਸ ਤਰ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੀ ਰਣਨੀਤੀ ਹੈ ਕਿਉਂ ਕਰਕੇ ਇਸਤਰੀ ਵਿੰਗ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਕਮਾਨ ਸੰਭਾਲੀ ਹੈ ਕਿਸ ਤਰ੍ਹਾਂ ਪਾਰਟੀ ਨੂੰ ਮਜ਼ਬੂਤ ਕਰ ਰਹੇ ਹੋ ਦੇਖੋ ਜੀ 50% ਆਬਾਦੀ ਔਰਤਾਂ ਦੀ ਹੈ 50% ਆਬਾਦੀ ਸਾਡੀ ਅਸੀਂ ਉਹਨੂੰ ਮਜ਼ਬੂਤ ਕਰਾਂਗੇ ਉਹਨਾਂ ਦੇ ਵਿੰਗ ਬਣਾਵਾਂਗੇ ਤਾਂ ਨੇਚਰਲੀ ਇਹ ਪਾਰਟੀ ਵੀ ਮਜ਼ਬੂਤ ਹੋਊਗੀ ਜਦੋਂ ਔਰਤਾਂ ਪਾਰਟੀ ਨਾਲ ਖੜਨ ਗਈਆਂ ਤੇ ਉਹ ਪਾਰਟੀ ਲਈ ਕੰਮ ਕਰਨੀਆਂ ਤੇ ਕੁਦਰਤੀ ਹੈ ਪਾਰਟੀ ਆਪਣੇ ਆਪ ਮਜ਼ਬੂਤ ਹੋਊਗੀ ਬਿਲਕੁਲ ਏਸੀ ਨਾਮ ਨੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਕੋਵਿੰਦ ਕੌਰ ਜਿਨ੍ਹਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਪਿੰਡ-ਪਿੰਡ ਜਾਣਗੇ ਅਤੇ ਉੱਥੇ ਉਹਨਾਂ ਨੇ ਆਖਿਆ ਕਿ 50% ਆਬਾਦੀ ਪੰਜਾਬ ਦੇ ਵਿੱਚ ਔਰਤਾਂ ਦੀ ਹੈ ਅਤੇ ਇਸ ਲਈ ਪਾਰਟੀ ਦੇ ਨਾਲ ਜੁੜੇ ਹਨ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ